ਨਾਮੇ ਦੇ ਵਿੱਚ ਇੱਕ ਵਾਰ ਫਿਰ ਤੋਂ ਸਭ ਦਾ ਸਵਾਗਤ ਹੈ ਤੇ ਮੇਰੇ ਨਾਲ ਜੁੜ ਚੁੱਕੇ ਨੇ ਤਰਲੋਚਨ ਸਿੰਘ ਜੀ ਸਿਡਨੀ ਸਟੂਡੀਓ ਤੋਂ। ਤਰਲੋਚਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦਾ ਸਭ ਤੋਂ ਪਹਿਲੇ ਅਸੀਂ ਸਟਾਰਟ ਕਰਦੇ ਹਾਂ ਪ੍ਰੋਗਰਾਮ ਇੰਟਰਨੈਸ਼ਨਲ ਸਟੂਡੈਂਟਸ ਤੋਂ, ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਇੱਥੋਂ ਦੀ ਅਰਥ ਵਿਵਸਥਾ ਦੇ ਇੱਕ ਥੰਮ ਹੈਗੇ ਨੇ ਤੇ ਉਹਨਾਂ ਨੂੰ ਲੈ ਕੇ 491 ਵੀਜ਼ੇ ਦੇ ਵਿੱਚ ਕੁਛ ਤਬਦੀਲੀ ਆਈ ਹੈ ਨਿਊ ਸਾਊਥ ਵੇਲ ਦੇ ਵਿੱਚ ਕੱਲ੍ਹ ਦੀ, ਤੇ ਉਹਦੇ ਬਾਰੇ ਅਸੀਂ ਜ਼ਿਆਦਾ ਜਾਣਕਾਰੀ ਲੈਣ ਲਈ ਜਿਹੜੇ ਪ੍ਰੋਫੈਸ਼ਨਲਸ ਨੇ ਵਿਜ਼ਨ ਓਵਰਸੀਜ਼ ਤੋਂ, ਤਨਵੀਰ ਸਿੰਘ ਜੀ ਉਹ ਸਾਡੇ ਨਾਲ ਜੁੜਨਗੇ ਤੇ ਉਹ ਸਾਨੂੰ ਦੱਸਣਗੇ ਕਿ ਨਿਊ ਸਾਊਥ ਵੇਲ ਦੇ ਵਿੱਚ ਜਿਹੜਾ 49 ਵੀਜ਼ੇ ਨੂੰ ਲੈ ਕੇ ਕੀ ਛੂਟ ਦਿੱਤੀ ਗਈ, ਕੀ ਰਾਹਤ ਦਿੱਤੀ ਗਈ ਹੈ ਵਿਦਿਆਰਥੀਆਂ ਨੂੰ। ਮੇਰੇ ਨਾਲ ਹੁਣ ਜੁੜ ਚੁੱਕੇ ਨੇ ਤਨਵੀਰ ਭਾਜੀ ਵਿਜ਼ਨ ਓਵਰਸੀਜ਼ ਤੋਂ, ਤੇ ਭਾਜੀ ਜਿਹੜਾ ਹੁਣ ਇਹ 491 ਵੀਜ਼ੇ ਬਾਰੇ ਨਵੀਂ ਨਿਊਜ਼ ਆਈ ਹੈ, ਇਹ ਹੈ ਕੀ ਵੈਸੇ? ਇਹ ਭਾਜੀ 491 ਜਿੱਦਾਂ ਰੀਜਨਲ ਨੂੰ ਟਾਰਗੇਟ ਹੈ ਵੀਜ਼ਾ, ਜਿਹਦੇ ਚ ਆਪਣੀ ਸਟੇਟਸ ਵੱਖੋ ਵੱਖਰੀ ਆਪਣੀ ਰਿਕੁਆਇਰਮੈਂਟ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿੰਦੀਆਂ। ਏਦਾਂ ਹੀ ਨਿਊ ਸਾਊਥ ਵੇਲ ਦੀ ਰਿਕੁਆਇਰਮੈਂਟ ਕਾਫੀ ਜ਼ਿਆਦਾ ਸੀਗੀਆਂ, ਪਹਿਲੇ ਤੁਹਾਨੂੰ 6 ਮਹੀਨੇ ਰਹਿਣਾ ਪੈਂਦਾ ਸੀਗਾ, ਆਫਰ ਲੈਟਰ ਚਾਹੀਦੀ ਸੀਗੀ। ਉਹਨਾਂ ਨੇ ਇਹ ਥੋੜਾ ਉਹਨਾਂ ਨੇ ਪਿੱਛੇ ਜੇ ਖੋਲੀਆਂ ਸੀਗੀਆਂ ਸੇਮ ਰਿਕੁਆਇਰਮੈਂਟ ਦੇ ਨਾਲ, ਪਰ ਫਿਰ ਉਹਨਾਂ ਨੇ ਹੋਰ ਘਟਾਤੀਆਂ ਰਿਕੁਆਇਰਮੈਂਟ ਜਿਹੜੀ ਕੱਲ੍ਹ ਤੋਂ। ਇਹ ਹੁਣ ਰਿਕੁਆਇਰਮੈਂਟ ਜਿਹੜੀ ਘਟਾਈ ਆ, ਇਹ 26 ਜੂਨ 5 ਵਜੇ ਤੱਕ ਐਪਲੀਕੇਸ਼ਨ ਲੈਣਗੇ, ਜਿਹਦੇ ਵਿੱਚ ਇਹਨਾਂ ਨੇ ਇਹ ਕੀਤਾ ਕਿ ਪਹਿਲੀ ਗੱਲ ਤੇ ਤੁਹਾਡੀ ਜਿਹੜੀ ਆਕੂਪੇਸ਼ਨ ਹੈ ਉਹਨਾਂ ਦੀ ਲਿਸਟ ਦੇ ਵਿੱਚ ਹੋਣੀ ਚਾਹੀਦੀ ਹੈ, ਠੀਕ ਹੈ, ਜਿਹੜੀ ਕਿ ਲਿਸਟ ਕਾਫੀ ਵੱਡੀ ਹੈ, ਮੋਸਟਲੀ ਆਕੂਪੇਸ਼ਨ ਕਵਰ ਕਰਦੀ ਹੈ, ਠੀਕ ਹੈ। ਦੂਸਰੀ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਫਾਈਲ ਪਾਉਣ ਵੇਲੇ ਉੱਥੇ ਹੋਣੇ ਚਾਹੀਦੇ ਹੈ, ਇੱਦਾਂ ਦੀ ਉਹਨਾਂ ਦਾ ਰਿਕੁਆਇਰਮੈਂਟ ਜਿਹੜੀ ਉਹਨਾਂ ਦੀ ਸੀਗੀ ਪਹਿਲੇ 6 ਮਹੀਨੇ ਹੋਣੇ ਚਾਹੀਦੇ ਆ, ਉਹ ਉਹਨਾਂ ਨੇ ਹਟਾਤੀ ਹੈ। ਉਹ ਤੁਹਾਡਾ ਕੋਈ ਵੀ ਤੁਸੀਂ ਕੋਈ ਵੀ ਟਾਈਮ ਵਾਸਤੇ ਉੱਥੇ ਹੋਣੇ ਚਾਹੀਦੇ ਹੋ, ਚਾਹੇ ਤੁਸੀਂ ਮਹੀਨਾ ਪਹਿਲੇ ਗਏ ਹੋ, 15 ਦਿਨ ਪਹਿਲੇ ਗਏ ਹੋ, ਕੋਈ ਵੀ ਹੈ, ਐਸ ਫਾਰ ਐਸ ਤੁਹਾਡੇ ਕੋਲ ਐਵੀਡੈਂਸ ਹੈ ਪ੍ਰੂਵ ਕਰਨ ਦੇ ਕਿ ਤੁਸੀਂ ਉੱਥੇ ਜੈਨੂਅਲੀ ਗਏ ਹੋ, ਜਿਹਦੇ ਵਿੱਚ ਤੁਹਾਡਾ ਲੀਸ ਐਗਰੀਮੈਂਟ ਆ ਜਾਂਦਾ, ਰੈਂਟ ਸਲਿਪ ਆ ਜਾਂਦੀ, ਤੁਹਾਡੇ ਬੌਂਡ ਆ ਜਾਂਦਾ, ਤੁਸੀਂ ਲਾਇਸੈਂਸ ਦਾ ਚੇਂਜ ਕਰਾਇਆ, ਬੈਂਕ ਸਟੇਟਮੈਂਟ ਤੁਹਾਡੀ ਮੰਗਦੇ ਆ ਟ੍ਰਾਂਜੈਕਸ਼ਨ ਇਨਕਮ ਵੇਖਣ ਵਾਸਤੇ, ਤੇ ਉਹ ਸਾਰੇ ਪ੍ਰੂਫ ਤੁਹਾਨੂੰ ਦੇਣੇ ਪੈਂਦੇ ਆ। ਇਹ ਹੋ ਗਈ ਨਿਊ ਸਾਊਥ ਵੇਲ ਦੀ ਰਿਕੁਆਇਰਮੈਂਟ। ਇਸ ਤੋਂ ਇਲਾਵਾ ਤੁਹਾਨੂੰ ਡਿਪਾਰਟਮੈਂਟ ਦੀ ਰਿਕੁਆਇਰਮੈਂਟ ਤੇ ਮੀਟ ਕਰਨੀਆਂ ਪੈਂਦੀਆਂ, ਜਿਹੜੀ ਕਿ ਤੁਹਾਨੂੰ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ, 6 ਇੰਚ ਬੈਂਡ ਹੋਣੀ ਚਾਹੀਦੀ ਹੈ, ਸਾਰਾ ਕੁਝ। ਪਰ ਇਹਦੇ 'ਚ ਸਾਨਾ ਵੱਡਾ, ਇਹ ਮੋਸਟਲੀ ਲੋਕਾਂ ਨੂੰ ਸਾਰਾ ਪਤਾ, ਪਰ ਜਿਹੜੀ ਸਾਨਾ ਵੱਡੀ ਥੋੜ੍ਹੀ ਕਿ ਮੈਂ ਨੋਟਿਸ ਕੀਤਾ ਕਿ ਹਾਂ, ਜਿਹੜੇ ਕਿ ਮੋਸਟਲੀ ਲੋਕ ਜਿਹੜੇ ਅੱਜ ਕੱਲ੍ਹ ਵੀ ਜਿਹੜੇ ਹੋਇਆ ਕਿ ਕੱਲ੍ਹ ਤੋਂ ਹੋਇਆ ਕਿ ਉਹ ਚੁੱਕ ਕੇ ਚਲੋ ਜੀ ਨਿਊ ਸਾਊਥ ਵੇਲ ਚੱਲੀਏ, ਉਹਨਾਂ ਨੇ ਰਿਕੁਆਇਰਮੈਂਟ ਰਹਿਣ ਦੀ ਕੋਈ ਕਿਤੇ ਨਹੀਂ, ਜਾ ਕੇ ਆਪਾਂ ਰਹਿ ਲਾਂਗੇ ਤੇ ਲੀਸ ਵਗੈਰਾ ਕਰਕੇ ਤੇ ਆਪਾਂ ਫਾਈਲ ਪਾਈਏ, ਠੀਕ ਹੈ। ਇਹ ਥੋੜ੍ਹਾ ਨਾ ਇਹ ਲਾਈ ਲੱਗ ਜੇ, ਮੈਂ ਨਾ ਕਰੋ, ਮੈਂ ਰਿਕੁਐਸਟ ਕਰਦਾ ਜੀ ਸਾਰਿਆਂ ਨੂੰ, ਥੋੜ੍ਹਾ ਪੜ੍ਹੋ ਗੂਗਲ ਤੇ ਹੀ ਜਾਂ ਉੱਥੇ ਉਹਨਾਂ ਦੀ ਵੈਬਸਾਈਟ ਤੇ ਉਹਨਾਂ ਲਿਖਿਆ ਹੋਇਆ ਉੱਥੇ ਕਿ ਜੇ ਤੁਸੀਂ ਸਿਰਫ ਵੀਜ਼ਾ ਪਾਉਣ ਲਈ ਆਉਂਦੇ ਜੇ, ਠੀਕ ਹੈ, ਤੇ ਅਸੀਂ ਨਹੀਂ ਦੇਣਾ ਜੇ ਤੁਹਾਨੂੰ ਵੀਜ਼ਾ, ਠੀਕ ਹੈ, ਕਿਉਂਕਿ ਇਹ ਸਾਰੀ ਐਵੀਡੈਂਸ ਤੁਸੀਂ ਕਿੱਥੋਂ ਕ੍ਰੀਏਟ ਕਰ ਲਓਗੇ ਸਾਰਾ ਕੁਝ, ਠੀਕ ਹੈ, ਤੁਹਾਨੂੰ ਤੁਸੀਂ ਰੈਂਟ ਇਹ ਸਾਰਾ ਕੁਝ ਲਾਇਸੈਂਸ ਇੱਕੋ ਦਿਨ 'ਚ ਸਾਰਾ ਕੁਝ ਇਹ ਕਿੱਥੋਂ ਕ੍ਰੀਏਟ ਕਰ ਲਓਗੇ। ਜੇ ਤੁਹਾਡੀ ਇੰਟੈਂਸ਼ਨ ਸਿਰਫ ਇਸ ਕਰਕੇ ਹੈ ਕਿ ਤੁਸੀਂ 491 ਪਾਉਣ ਵਾਸਤੇ ਰੀਜਨਲ ਨਿਊ ਸਾਊਥ ਵੇਲ ਦੇ ਵਿੱਚ ਆ ਰਹੇ ਹੋ, ਠੀਕ ਹੈ, ਤੇ ਅਸੀਂ ਨਹੀਂ ਤੁਹਾਡੀ ਸਟੇਟ ਨੋਮੀਨੇਸ਼ਨ ਅਪਰੂਵ ਨਹੀਂ ਕਰਨੀ, ਤੇ ਤੁਹਾਡੇ ਜਿਹੜੇ $330 ਜੇ ਤੁਸੀਂ ਸਾਨੂੰ ਦਿੱਤੇ ਹੋਣਗੇ ਉਹ ਵਾਪਸ ਨਹੀਂ ਹੋਣੇ, ਠੀਕ ਹੈ। ਤੇ ਇਸ ਕਰਕੇ ਜੇ ਤੁਸੀਂ ਹਫ਼ਤਾ ਪਹਿਲੇ ਜਾਂ ਮਹੀਨਾ ਪਹਿਲੇ ਵੀ ਹੋਏ ਹੋ ਜਾਂ ਕੁਛ ਵੀ, ਜੀ ਸਦਕੇ ਪਾਓ, ਠੀਕ ਹੈ, ਪਰ ਜਿਹੜੇ ਤੁਸੀਂ ਜੈਨੂਅਨ ਹੋ ਫੇਰ ਪਾਓ। ਬਸ ਇਹ ਨਾ ਵੇਖ ਕੇ ਕਿ ਉਹ ਵੀ ਜਾ ਰਿਹਾ, ਉਹ ਵੀ ਜਾ ਰਿਹਾ ਸਾਰੇ ਬੰਨੇ, ਤੇ ਇਹ ਵੇਖ ਕੇ ਆਪਾਂ ਨਾ ਜਾਈ ਜੀਏ, ਠੀਕ ਹੈ, ਫਿਰ ਮੁੜ ਕੇ ਫਿਰ ਤੁਸੀਂ ਉੱਥੋਂ ਦੇ ਫਿਰ ਤੁਸੀਂ ਕਹਿਣਾ ਚਲੋ ਹੁਣ ਵਿਕਟੋਰੀਆ ਨੂੰ ਚੱਲੀਏ, ਠੀਕ ਹੈ, ਤੇ ਇਸ ਕਰਕੇ ਥੋੜ੍ਹਾ ਮਤਲਬ ਕਿ ਥੋੜ੍ਹਾ ਧਿਆਨ ਨਾਲ। ਕੁੱਲ ਮਿਲਾ ਕੇ ਤੁਹਾਡਾ ਕਹਿਣ ਤੋਂ ਪਾ ਕੇ ਜਿਹੜੇ ਜੈਨੂਅਨਲੀ ਭਾਵੇਂ ਹਫ਼ਤਾ ਪਹਿਲਾਂ ਹੀ ਗਏ ਨੇ, ਜਿਹੜੇ ਉੱਥੇ ਰੈਂਟ ਤੇ ਰਹਿ ਰਹੇ ਨੇ, ਜਿਨ੍ਹਾਂ ਦਾ ਮਨਸ਼ਾ ਹੈਗਾ ਕਿ ਉੱਥੇ ਰਹਿਣਾ, ਉਹ ਪਾ ਸਕਦੇ ਨੇ। ਹਾਂ, ਤੁਹਾਡੇ ਕੋਲ ਐਵੀਡੈਂਸ ਹੈ ਜੈਨੂਅਨਲੀ, ਠੀਕ ਹੈ, ਜੇ ਤੁਸੀਂ ਜੈਨੂਅਨ ਗਏ ਤੁਹਾਡੇ ਕੋਲ ਐਵੀਡੈਂਸ ਹੁੰਦੇ ਆ, ਤੁਹਾਡੇ ਲੀਸ ਐਗਰੀਮੈਂਟ ਹੁੰਦਾ, ਤੁਸੀਂ ਬੌਂਡ, ਤੁਸੀਂ ਲਾਇਸੈਂਸ ਚੇਂਜ ਕਰਾਉਂਦੇ ਹੋ, ਤੁਹਾਡੇ ਬੱਚਿਆਂ ਦੀ ਇਨਰੋਲਮੈਂਟ ਉੱਥੇ ਹੋਈ ਹੁੰਦੀ, ਸਾਰਾ ਕੁਝ, ਉਹ ਸਾਰੇ ਐਵੀਡੈਂਸ ਕਾਊਂਟ ਹੁੰਦੇ ਕਿ ਤੁਸੀਂ ਉੱਥੇ ਰਹਿ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਤਨਵੀਰ ਭਾਜੀ ਤੁਹਾਡਾ ਸਾਨੂੰ ਸਮਾਂ ਦੇਣ ਦਾ, ਤੇ ਇਹ ਸਨ ਵਿਜ਼ਨ ਓਵਰਸੀ ਤੋਂ ਤਨਵੀਰ ਸਿੰਘ ਜੀ। ਤਰਲੋਚਨ ਸਿੰਘ ਜੀ, ਇੱਕ ਵਾਰ ਫਿਰ ਤੋਂ ਕੋਰੋਨਾ ਵੱਧਦਾ ਜਾ ਰਿਹਾ ਵਿਕਟੋਰੀਆ ਦੇ ਵਿੱਚ, ਮਗਰਲੇ 24 ਘੰਟਿਆਂ ਦੇ ਵਿੱਚ ਤਕਰੀਬਨ 18 ਕੇਸਿਸ ਹੋਰ ਨਵੇਂ ਆ ਗਏ ਨੇ, ਤੇ ਦੁੱਖ ਵਾਲੀ ਇੱਕ ਹੋਰ ਵੀ ਗੱਲ ਇਹ ਹੈ ਨਾਲ ਦੇ ਨਾਲ ਹੀ ਕਿ ਇੱਕ ਹੀ ਹੋਟਲ ਸਟੈਂਫਰਡ ਪਲਾਜ਼ਾ ਹੋਟਲ ਦੇ ਵਿੱਚ ਉੱਥੋਂ ਦੇ ਪੂਰੇ ਸਟਾਫ ਨੂੰ, ਤਕਰੀਬਨ 100 ਜਿਹੜੇ ਮੈਂਬਰ ਹੈਗੇ ਉਹਨਾਂ ਦੇ ਸਟਾਫ ਨੂੰ, ਉਹਨਾਂ ਨੂੰ ਕੁਆਰੰਟੀਨ ਕੀਤਾ ਗਿਆ। ਮਤਲਬ ਕਹਿਣ ਤੋਂ ਇਹ ਹੈਗਾ ਵੀ ਵਿਕਟੋਰੀਆ ਹੀ ਇੱਕ ਐਸੀ ਸਟੇਟ ਹੈਗੀ ਹੈ ਨਿਊ ਸਾਊਥ ਵੇਲ ਤੋਂ ਅੱਗੇ, ਨਿਊ ਸਾਊਥ ਵੇਲ ਦੇ ਵਿੱਚ ਤੇ ਹਜੇ ਸਿਰਫ 2 ਕੇਸਿਸ ਆਏ, ਮਗਰ ਵਿਕਟੋਰੀਆ ਦੇ ਵਿੱਚ 18 ਕੇਸਿਸ ਮਗਰਲੇ 24 ਘੰਟਿਆਂ ਦੇ ਆਉਣ ਨਾਲ ਇੱਕ ਵਾਰ ਫਿਰ ਥੋੜ੍ਹਾ ਜਿਹਾ ਜਿਹਨੂੰ ਅਸੀਂ ਕਹਿ ਲੈਂਦੇ ਹਾਂ ਦਹਿਸ਼ਤ ਦਾ ਮਾਹੌਲ ਹੈ, ਕਿਉਂਕਿ ਇਹਦੇ ਨਾਲ ਨਾਲ ਹੀ 3 ਸਕੂਲ ਬੰਦ ਹੋ ਚੁੱਕੇ ਨੇ ਮਗਰਲੇ 2 ਦਿਨਾਂ ਦੇ ਵਿੱਚ, ਤੇ ਇੱਕ ਜਿਹੜਾ ਹੈਗਾ ਚਾਈਲਡ ਕੇਅਰ ਵੀ ਬੰਦ ਹੋ ਗਿਆ, ਕਿਉਂਕਿ ਉੱਥੋਂ ਦੇ ਜਿਹੜੇ ਬੱਚਿਆਂ ਨੂੰ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਸੀ, ਉਹ ਵੀ ਬੰਦ। ਤੇ ਸੋ ਸਥਿਤੀ ਕੋਈ ਇੰਨੀ ਵਧੀਆ ਨਹੀਂ ਹੈਗੀ, ਤੇ ਤੁਹਾਡੀ ਨਿਊ ਸਾਊਥ ਵੇਲ ਦੀ? ਹਾਂਜੀ, ਜਿਵੇਂ ਤੁਹਾਨੂੰ ਪਤਾ ਕਿ ਸ਼ੁਰੂ ਤੇ ਇਹ ਕਿਆਸ ਲਾਈ ਜਾ ਰਹੀ ਸੀਗੀ ਬਈ ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਦੀ ਸੈਕਿੰਡ ਵੇਵ ਆਉਣੀ ਹੈ, ਤੇ ਉਹ ਲੱਗਦਾ ਉਹ ਆ ਚੁੱਕੀ।
जिवें जिवें ठंड बढ़ रही है तो बर्फबारी आस्ट्रेलिया विखे जिवें हुण तुहानूं पता शुरू हो चुकी है कि ठंड बहुत ज़्यादा हो रही है, तो इस समय साढ़े जिहड़े बजुर्ग या बच्चे ने उन्होंने अपने आप उन्हां दा ख्याल रखना चाहिए है, बचना चाहिए है, क्योंकि ये करके कोरोना वायरस के ज़्यादा चांसिज हो सकते हैं। जे आप पूरे आस्ट्रेलिया की गल करिए, इस समय तक 7,390 के करीब इस समय आस्ट्रेलिया कोरोना वायरस के ने, 102 मौत जड़िया सगियां तो उम्मीद उत्थे कायम ने। इस तो अलावा 21 नवे केस आस्ट्रेलिया भर में आए हैं, तो न्यू साउथ वेल्स 3,137 के करीब पिछले 24 घंटे केस केस ने कोरोना वायरस के, 48 मौत ने, तो पिछले 24 घंटे 2 के करीब एक केस इतने बधे ने। कोरोना वायरस के विच भी सरकार ने सानू काफ़ी सहूलत दित्तियां, सरकार ने तकरीबन आस्ट्रेलिया वसदे जिन्हें भी लोग हैगे ने उन्हां नू कुछ ना कुछ फंड दे के उन्हां नू राहत दित्ती है। इस तरीके नाल जदों पिछे जे बुश फायर होया सी उदों भी सरकार ने कईयां लोकां नू कि मोस्टली सारिया नू कुछ ना कुछ मदद ऐलान कीती सी, दित्ती भी है, मगर उहदी आड़ दे विच कुछ बंदियां ने नजायज़ तरीके नाल अपने पैसे जिहड़े हैगे ने बना रहे ने। उहदा भी कोई केस तुहाडे उधर सामने आए ने, उह की केस हैगे ने? हाँ जी हरमीत जी, असी नॉर्मल देखने को सानू मिलता है कि एक जड़ा इंसान होंगे अपने फायदे लिए हमेशा ना काम कारज लग्या रहा है, जिमें पिछे सुखा आया, फिर बुश फायर सेगा, तो हूँ कोरोना वायरस चल रहा है। पर बुश फायर के दौरान पुलिस ने कुछ इन्वेस्टिगेशन शुरू की थी, जिद पुलिस ने कुछ रिपोर्टा मिली सी, कुछ कंप्लेटा मिली सी भी कई लोग बुश फायर की आड़ पैसे इकट्ठे करने लगे हुए हैं, तो वो जी चैरिटी ऑर्गनाइजेशन होंगे वो यह लोगों की मदद कर दिया रही है, ते कुछ लोगों ने एदा फायदा लेने लई कुछ नकली गलत पेपर ला के अपने पैसे बनाने की कोशिश की, जिसे पुलिस ने 2 व्यक्ति नामजद किया है, उन्होंने अरैसट किया है। ये एक 47 साल का व्यक्ति है, तो दूसरी वो नाल दी एक औरत है जिसकी उम्र 38 साल दसी जा रही है। पुलिस का कहना है कि ये लोग इस समय तक $10,000 के करीब डॉलर इस जी चैरिटी ऑर्गनाइजेशन होंगी जी बुश फायर असिस्टेंट प्रोग्राम चला उन्हों तो ले चुकी है, तो अगले कुछ महीनों में $20,000 होर लेने की फिराक भी सके, पर पुलिस ने हम क्राइम की गल करिए तो क्राइम तो तकरीबन पूरे आस्ट्रेलिया के बढ़ता जा रहा, खास करके जे मैं गल करा टीनएजर की भी, तो 14 साल लड़के नू बड़ी बुरी तरह पर्थ दे विच स्टैप किया गया उसे दे ही एक स्कूल दे साथी वालों, तो स्कूल दी ही बैकयार्ड दे विच 15 साल दूसरे विद्यार्थी वालों उसनू इस कदर स्टैप किया गया कि हुण डॉक्टरां दा कहना है कि वह शायद ही है कि वह पूरी तरह फिर नॉर्मल हो सके जां पूरी तरह अपनी लाइफ दे विच वापस आ सके। इस तरीके दीआं घटनावां काफ़ी हुण देखण नू मिलदीआं पईआं। मेलबर्न दे विच भी कुछ दिन पहले ही भी कुछ बच्चों वालों वह भी टीनएजर ही सन, तो टीनएजर ही सिर्फ किसी सोशल मीडिया के किसी चीज़ कारण आपस बहस होएगी या लड़ाई होएगी करके वह 15 साल बच्चे जानों ही मार दिता उस ही स्कूल के साथियों ने। हाँ जी, ये 13 साल तो लेकर 16 साल के 6 बच्चे लगता उन्होंने पुलिस ने गिरफ्तार किए हैं। एक बड़ी मंदभागी खबर अभी देख सकते कि इन्नी छोटी उम्र में बच्चों ने गलत काम में पै गए पै जाते हैं, तो आप देखिए ये नुकसान उस माँ प्यो का होया जिन्होंने अपना एक जवान पुत अपना एक जवान घर का एक जीज गवा दिता। आखिरकार जेडे अजे कार्य होंगे ने, चाहे वह सोशल मीडिया हो, चाहे वह गलत सोसायटी हो, अंत बड़ा हमेशा बुरा ही देखने को मिले जी। अच्छा, आस्ट्रेलियन प्राइम मिनिस्टर स्कॉट मॉरिसन का एक नवा बयान आया जिस उन्होंने कहा इंटरनेशनल स्टूडेंट वो आस्ट्रेलिया वापस आ सकते हैं जेडे कि अपने घर गए हुए सन कोविड के दौरान ज कोविड तो पहले गए हैं, तो वह बाद चो उ फस गए वो हूँ वापस आ सकते हैं। मगर हजे एक चीज़ जी है चिंता वाली, क्योंकि कुछ दिन पहले आस्ट्रेलियन सरकार वालों ये भी बयान दिता गया कि इंडिया के नाल हजे कोई भी फ्लाइट्स नहीं खोलेगा दरवाजे इंडिया के नाल, क्योंकि इंडिया के इस टाइम के उत्ते एवरीडे तकरीबन 12,000 के उपर करोना वायरस के पॉजिटिव केसिज आ रहे हैं, तो हूँ इंडियन स्टूडेंट्स के उत्ते शायद ये एक खतरे वाला निशान ही रहेगा। पता नहीं कि उन्होंने दरवाजे इस तरीके ही खुलते हैं कि वह वापस आ सकते कि नहीं, ये आने वाला समा ही दसेगा। अच्छा जी, ये बच्चे वो ने जिहड़े सिंगापुर खासकर अजे देशों मुल्कों में ने जिहड़े लैबोरेटरी में कुछ प्रैक्टिकल करते हैं या अजे कोर्सिज कर रहे हैं जिन्हों स्कूल या कॉलेज जाना जरूरी है, अजे विद्यार्थियों सरकार ने एक मुहिम चला के इतने लियाने की गल की। एडिलेड के अपने सिख भाईचारे के एक स्टूडेंट रेसिस्ट का कमेंट का शिकार होना पाया, क्योंकि 35 साल एक औरत ने कोरोना वायरस के नाल उन्होंने जोड़िया। उसका कहना है कि
ਤੁਸੀਂ ਜਿਹੜੇ ਇੰਡੀਅਨ ਕੋਰੋਨਾ ਵਾਇਰਸ ਲੈ ਕੇ ਇੱਥੇ ਆਇਓ, ਇਸ ਤਰੀਕੇ ਨਾਲ ਉਸਨੂੰ ਕਮੈਂਟ ਕੀਤੇ ਗਏ, ਥੋੜ੍ਹੀ ਬਹੁਤੀ ਉਹ ਹੱਥਾਪਾਈ ਵੀ ਹੋਈ ਹੈ। ਅਤੇ ਉਸ ਔਰਤ ਨੂੰ ਬਾਅਦ 'ਚੋਂ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਲਿਆ ਅਤੇ ਉਹਦੇ ਉੱਤੇ ਤਕਰੀਬਨ 3 ਮਹੀਨੇ ਦਾ ਪਬਲਿਕ ਟਰਾਂਸਪੋਰਟ ਦਾ ਬੈਨ ਲਗਾ ਦਿੱਤਾ ਗਿਆ। ਜਲੋਂਗ ਦੀ ਫੈਮਿਲੀ ਵੱਲੋਂ ਸਕੋਟ ਮੋਰਿਸਨ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਗਿਆ ਅਤੇ ਖਾਸ ਕਰਕੇ ਓਨਰੇਬਲ ਜੇਸਨ ਵੁੱਡ ਮਲਟੀਕਲਚਰ ਮਿਨਿਸਟਰ ਜੀ ਦਾ, ਕਿਉਂਕਿ ਉਹਨਾਂ ਨੇ ਜਿਹੜੀ ਇਹ ਫੈਮਿਲੀ ਸੀਗੀ ਇਹਨਾਂ ਦੇ ਬੱਚੇ ਨੂੰ ਡਿਸੇਬਿਲਿਟੀ ਕਰਕੇ ਪਹਿਲੇ ਇੱਥੋਂ ਡਿਪੋਰਟ ਕਰ ਰਹੇ ਸਨ, ਮਗਰ ਉਹਨਾਂ ਦੀ ਇਨਵੋਲਵਮੈਂਟ ਦੇ ਨਾਲ ਇਹਨਾਂ ਨੂੰ ਸਪੈਸ਼ਲ ਕੇਸ ਦੇ ਵਿੱਚ ਲਿਆ ਕੇ ਅਤੇ ਇਹਨਾਂ ਨੂੰ ਪਰਮਾਨੈਂਟ ਰੈਜੀਡੈਂਸੀ ਆਸਟ੍ਰੇਲੀਆ ਦੀ ਦੇ ਦਿੱਤੀ ਗਈ ਹੈ, ਜਿਹਦੇ ਨਾਲ ਤਕਰੀਬਨ ਮੈਂ ਇਹ ਕਹਾਂਗਾ ਕਿ ਆਪਣਾ ਭਾਰਤੀ ਭਾਈਚਾਰਾ ਕਾਫੀ ਖੁਸ਼ ਵੀ ਹੈਗਾ। ਅੱਛਾ ਤ੍ਰਿਲੋਚਨ ਜੀ, ਇੱਥੇ ਕ੍ਰਾਈਮ ਦੇ ਨਾਲ ਹੀ ਜਿਹੜੀਆਂ 700 ਗਨਸ ਕੋਈ ਫੜੀਆਂ ਗਈਆਂ ਵੈ ਤੁਹਾਡੇ ਨਿਊ ਸਾਊਥ ਵੇਲ ਦੇ ਵਿੱਚ, ਉਹ ਕੇਸ ਕੀ ਹੈ? ਹਾਂਜੀ ਹਰਮੀਤ ਜੀ, ਆਪਣੇ ਨਿਊ ਸਾਊਥ ਵੇਲ ਸੈਂਟਰਲ ਵੈਸਟ ਦੇ ਏਰੀਆ ਵਿੱਚ ਪਿੱਛੇ ਜਿਹੇ ਹੀ ਇੱਕ ਪੁਲਿਸ ਨੂੰ ਬੜੀ ਬੜੀ ਕਾਮਯਾਬੀ ਮਿਲੀ, ਜਿਹਦੇ 'ਚ ਡਰੱਗਸ ਤੋਂ ਇਲਾਵਾ 700 ਦੇ ਕਰੀਬ ਫਾਇਰ ਆਰਮ ਅਤੇ ਇੱਕ ਰੋਕੇਟ ਲਾਂਚਰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਿਆ, ਜੋ ਇੱਕ ਡਿਫਰੈਂਟ ਤਰ੍ਹਾਂ ਦੀ ਨਿਊਜ਼ ਸਾਨੂੰ ਦੇਖਣ ਨੂੰ ਮਿਲੀ ਹੈ। ਜਿਹਦੇ ਵਿੱਚ ਇੱਕ 69 ਸਾਲਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਜੇ ਪੁਲਿਸ ਤਫਤੀਸ਼ ਕਰ ਰਹੀ ਹੈ ਅਤੇ ਪੁਲਿਸ ਸਟ੍ਰਾਈਕ ਫੋਰਸ ਜਿਹਨੂੰ ਆਪਾਂ ਕਹਿੰਦੇ ਨੇ, ਜਿਹੜੀ ਇੱਕ ਸਪੈਸ਼ਲ ਤਰੀਕੇ ਨਾਲ ਕੰਮ ਕਰਦੀ ਹੈ, ਉਹਨੂੰ ਇਹਨੂੰ ਬੜੀ ਕਾਮਯਾਬੀ ਦੱਸਿਆ ਹੈ ਜੀ। ਹਾਂਜੀ ਹਰਮੀਤ ਜੀ। ਹਾਂਜੀ, ਤੁਹਾਡੇ ਨਿਊ ਸਾਊਥ ਵੇਲ ਦੇ ਵਿੱਚ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ, ਜਿਹੜੀ ਕਿ ਇੱਕ ਪੁਲਿਸ ਕਰਮੀ ਆਪਣੀ ਡਿਊਟੀ ਤੋਂ ਬਾਅਦ ਘਰ ਜਾ ਰਿਹਾ ਸੀ ਅਤੇ ਐਕਸੀਡੈਂਟ ਦੇ ਨਾਲ ਉਹ ਮਾਰਿਆ ਗਿਆ, ਕੀ ਘਟਨਾ ਕੀ ਹੈਗੀ? ਹਾਂਜੀ, ਇੱਕ 28 ਸਾਲਾ ਨੌਜਵਾਨ ਪੁਲਿਸ ਅਫਸਰ ਆਪਣਾ ਕੰਮ ਖਤਮ ਕਰ ਰਾਊਜ਼ ਹਿੱਲ ਇਲਾਕੇ ਵਿੱਚ ਆਪਣੇ ਘਰ ਜਾ ਰਿਹਾ ਸੀਗਾ ਅਤੇ ਇੱਕ ਯੂਥ ਡਰਾਈਵਰ ਜਿਹਨੇ ਰੈੱਡ ਲਾਈਟ ਕ੍ਰੋਸ ਕਰਦੇ ਹੋਏ ਅਤੇ ਡੇਂਜਰਸ ਡਰਾਈਵਿੰਗ ਕਰਦੇ ਹੋਏ ਅਤੇ ਨੈਗਲੀਜੈਂਸ ਡਰਾਈਵਿੰਗ ਕਰਦੇ ਹੋਏ ਇਸ ਪੁਲਿਸ ਕਰਮਚਾਰੀ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਉਹਦੀ ਔਨ ਦਾ ਸਪੋਟ ਉਹਦੀ ਡੈਥ ਹੋ ਗਈ ਹੈ ਅਤੇ ਐਂਬੂਲੈਂਸ ਨੂੰ ਬੁਲਾਇਆ ਗਿਆ ਪਰ ਉਹਨੂੰ ਬਚਾਉਣ ਵਿੱਚ ਨਾਕਾਮਯਾਬ ਰਹੇ ਨੇ। ਉਹਨਾਂ ਦੇ ਪਿਤਾ ਜਿਹੜੇ ਕਈ ਲੰਬੇ ਸਮੇਂ ਤੋਂ ਇਸ ਪੁਲਿਸ ਮਹਿਕਮੇ ਵਿੱਚ ਹੀ ਕੰਮ ਕਰਦੇ ਨੇ, ਉਹਨੂੰ ਇੱਕ ਬੜਾ ਹੋਣਹਾਰ ਬੇਟਾ ਦੱਸਿਆ। ਇਸ ਮੰਦ ਭਾਗੀ ਖਬਰ ਦੀ ਸਾਰੀ ਜਗ੍ਹਾ ਬੜੀ ਨਿਖੇਧੀ ਕੀਤੀ ਜਾ ਰਹੀ ਹੈ ਪਰ ਉਸ ਯੂਥ ਡਰਾਈਵਰ ਨੂੰ ਕੋਰਟ ਤੋਂ ਬੇਲ ਮਿਲ ਚੁੱਕੀ ਹੈ। ਆ ਪੁਲਿਸ ਕਰਮੀ ਦੀ ਜਦੋਂ ਅਸੀਂ ਗੱਲ ਕਰਦੇ ਪਏ ਹਾਂ ਤੇ ਆਪਾਂ ਭਾਰਤੀ ਫੌਜੀਆਂ ਨੂੰ ਕਿੱਦਾਂ ਪਿੱਛੇ ਛੱਡ ਸਕਦੇ ਹਾਂ, ਜਿਹੜਾ ਹੁਣ ਚੀਨ ਤੇ ਭਾਰਤ ਦੇ ਵਿੱਚ ਮਗਰਲੇ ਕੁਝ ਦਿਨਾਂ ਤੋਂ ਵਿਵਾਦ ਚੱਲਦਾ ਪਿਆ, ਉਹ ਵਿਵਾਦ ਇੱਕ ਨਵੀਂ ਹੀ ਸੂਰਤ ਲੈ ਗਿਆ ਜਦੋਂ ਆਪਣੇ 20 ਫੌਜੀ ਜਵਾਨ ਸ਼ਹੀਦ ਹੋ ਗਏ ਨੇ, ਤਕਰੀਬਨ 15 ਤਰੀਕ ਦੇ ਲਾਗੇ ਇਹ ਸ਼ਹੀਦ ਹੋਏ ਨੇ। ਮਗਰ ਇਹਦੇ ਵਿੱਚ ਹੋਰ ਦੁਖਦਾਈ ਘਟਨਾ ਇਹ ਹੈਗੀ ਹੈ ਕਿ ਸਰਕਾਰ ਨੂੰ 2 ਦਿਨ ਲਾਗੇ ਇਸ ਨੂੰ ਡਿਕਲੇਅਰ ਕਰਦੇ ਆ, ਭਾਰਤ ਵਾਸੀਆਂ ਦੇ ਸਾਹਮਣੇ ਰੱਖਦੇ ਆ ਵੀ ਕਿਹੜੇ ਫੌਜੀ ਜਵਾਨ ਹੈਗੇ ਨੇ ਤੇ ਕੀ ਚੀਜ਼ਾਂ ਇਹਨਾਂ ਦੇ ਨਾਲ ਵਾਪਰੀ। ਹਾਂਜੀ, ਇੱਕ ਬੜੀ ਦੁਖਦਾਈ ਖਬਰ ਸਾਨੂੰ ਇੰਡੀਅਨ ਨਿਊਜ਼ ਚੈਨਲ ਤੋਂ ਜਾਂ ਆਪਾਂ ਮੀਡੀਆ ਕਹਿ ਤੋਂ ਸੁਣਨ ਨੂੰ ਮਿਲੀ ਹੈ, ਜਿਹਦੇ ਵਿੱਚ 20 ਦੇ ਕਰੀਬ ਆਪਣੇ ਸ਼ਹੀਦ ਦੱਸੇ ਜਾ ਰਹੇ ਨੇ ਭਾਰਤੀ ਫੌਜ ਦੇ ਅਤੇ 40 ਤੋਂ ਜ਼ਿਆਦਾ ਚਾਈਨਾ ਦੇ ਫੌਜੀ ਦੱਸੇ ਜਾ ਰਹੇ ਨੇ। ਪਰ ਚਾਈਨਾ ਦੇ ਕੰਨਿਓ ਇਹਦੇ ਲਈ ਕੋਈ ਵੀ ਨਿਊਜ਼ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਕਿ ਉਹਨਾਂ ਦੀ ਕਿੰਨੀ ਕੈਜੁਅਲਟੀ ਹੋਈ ਹੈ। ਇਸ ਤੋਂ ਇਲਾਵਾ ਅੱਜ ਇੱਕ ਹੋਰ ਖਬਰ ਸਾਨੂੰ ਲੋਕਲ ਨਿਊਜ਼ ਪੇਪਰ ਜਿਹੜੇ ਇੰਡੀਆ ਦੇ ਨੇ ਮਿਲੀ ਹੈ ਵੀ 10 ਦੇ ਕਰੀਬ ਫੌਜੀ ਚਾਈਨਾ ਦੇ ਦੁਆਰਾ ਰਿਹਾਅ ਕੀਤੇ ਗਏ ਨੇ। ਇਹਦੇ ਵਿੱਚ ਕਿੰਨੀ ਸੱਚਾਈ ਹੈ ਆਪਾਂ ਇਹਨੂੰ ਪੂਰੀ ਤਰ੍ਹਾਂ ਇਹਦੇ ਲਈ ਆਪਾਂ ਰਜ਼ਾਮੰਦ ਨਹੀਂ ਹੋ ਸਕਦੇ ਕਿਉਂਕਿ ਹਜੇ ਤੱਕ ਸਰਕਾਰ ਵੱਲੋਂ ਕੋਈ ਵੀ ਇਹੋ ਜਿਹੀ ਨਿਊਜ਼ ਜਾਰੀ ਨਹੀਂ ਕੀਤੀ ਗਈ। ਇਹਦੇ ਉੱਤੇ ਇੱਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਵੀ ਬਿਆਨ ਆਇਆ ਕਿ ਜਿਹੜੇ 20 ਫੌਜੀ ਜਵਾਨ ਸਨ ਵੀ ਉਹਨਾਂ ਨੂੰ ਬਿਨਾਂ ਹਥਿਆਰਾਂ ਦੇ ਹੀ ਉੱਥੇ ਭੇਜਿਆ ਗਿਆ ਸੀ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਉਹ ਚੀਨੀ ਫੌਜੀ ਸਨ, ਤੇ ਇਹ ਆਰਡਰ ਉਹਨਾਂ ਨੇ ਪੁੱਛਿਆ ਸਰਕਾਰ ਨੂੰ ਵੀ ਕਿਸ ਨੇ ਦਿੱਤਾ ਉਹਨਾਂ ਨੂੰ ਕਿ ਬਿਨਾਂ ਹਥਿਆਰਾਂ ਦੇ ਤੁਸੀਂ ਉੱਥੇ ਜਾਓ। ਹਾਂਜੀ, ਇਹ ਪਿੱਛੇ ਕਈ ਦਿਨਾਂ ਤੋਂ ਕਈ ਵੀਡੀਓਜ਼ ਵਾਇਰਲ ਹੋ ਰਹੀ ਸੀਗਾ ਜਿਹਦੇ ਵਿੱਚ ਆਪਣੇ ਭਾਰਤੀ ਫੌਜੀ ਅਤੇ ਚਾਈਨਾ ਦੇ ਜਿਹੜੇ ਫੌਜੀ ਨੇ ਉਹ ਆਪਸ ਵਿੱਚ ਧੱਕਾ ਮੁੱਕੀ ਕਰਦੇ ਨਜ਼ਰ ਆਉਂਦੇ ਨੇ। ਇਸ ਤੋਂ ਬਾਅਦ ਵੀ ਆਪਣੀ ਭਾਰਤੀ ਸਰਕਾਰ ਨੇ ਕੋਈ ਕਦਮ ਨਹੀਂ ਚੱਕੇ ਅਤੇ ਉਹ ਬਿਨਾਂ ਹਥਿਆਰਾਂ ਤੋਂ ਸਾਨੂੰ ਉਹ ਫੌਜੀ ਦੇਖਣ ਨੂੰ ਮਿਲੇ ਨੇ। ਅਤੇ ਇਸ ਤੋਂ ਇਲਾਵਾ ਇੱਕ ਇਹਨਾਂ ਸ਼ਹੀਦਾਂ ਦੀ ਮਾਣ ਅਤੇ ਆਣ ਰੱਖਣ ਵਾਸਤੇ ਸਾਡੀ ਪੰਜਾਬ ਸਰਕਾਰ ਕੈਪਟਨ ਸਰਕਾਰ ਨੇ ਉਹਨਾਂ ਦੇ ਘਰ ਦੇ ਹਰੇਕ ਬੰਦੇ ਨੂੰ ਜਿਹਨੇ ਆਪਣੇ ਪੰਜਾਬ ਦੇ 4 ਫੌਜੀ ਸ਼ਹੀਦ ਹੋਏ ਨੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਉਸ ਤੋਂ ਇਲਾਵਾ ਬੰਗਾਲ ਸਰਕਾਰ ਨੇ ਵੀ ਜਿਹੜੇ ਉਹਨਾਂ ਦੇ ਸ਼ਹੀਦ ਹੋਏ ਨੇ, ਹੈ ਤਾਂ ਸਾਰੇ ਆਪਣੇ ਇੰਡੀਅਨ ਸਾਰੇ ਭਾਰਤੀ, ਪਰ ਜਿਹੜੇ ਛੋਟੇ ਆਪਣੇ ਸਟੇਟ ਨੇ ਉਹਨਾਂ ਨੇ ਉਹਨਾਂ ਦੀ ਮਾਣ ਵਾਸਤੇ ਉਹਨਾਂ ਦੇ ਆਦਰ ਲਈ ਉਹਨਾਂ ਦੇ ਇੱਕ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਇਹ ਫੌਜੀਆਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਤਕਰੀਬਨ ਭਾਰਤ ਵਾਸੀਆਂ ਦਾ ਗੁੱਸਾ ਤੇ ਬਿਲਕੁਲ ਜਾਇਜ਼ ਹੈ,
ਤੇ ਉਹਨਾਂ ਨੇ ਹੁਣ ਇਹ ਡਿਕਲੇਅਰ ਵੀ ਕੀਤਾ ਚਾਈਨਾ ਦੇ ਪੁਤਲੇ ਵੀ ਫਾੜੇ, ਉੱਥੋਂ ਦੇ ਪ੍ਰਾਈਮ ਮਿਨਿਸਟਰ ਦੇ ਪੁਤਲੇ ਵੀ ਫਾੜੇ ਨੇ, ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਖਾਸ ਕਰਕੇ ਜਿਹੜੇ ਉਦਯੋਗਪਤੀ ਹੈਗੇ ਨੇ ਵੀ ਅਸੀਂ ਚਾਈਨਾ ਦੇ ਸਮਾਨ ਦਾ ਬਾਈਕਾਟ ਕਰਦੇ ਹਾਂ, ਸਾਨੂੰ ਚਾਈਨਾ ਦਾ ਸਮਾਨ ਨਹੀਂ ਖਰੀਦਣਾ ਚਾਹੀਦਾ, ਨਹੀਂ ਵਰਤਣਾ ਚਾਹੀਦਾ, ਮਗਰ ਜਿਹੜੇ ਹੁਣ ਤੱਕ ਅਸੀਂ ਚੀਜ਼ਾਂ ਵਰਤਦੇ ਪਏ ਹਾਂ ਕੀ ਉਹ ਛੱਡ ਦੇਣਗੇ ਕਿ ਜਾਂ ਇਹ ਸਿਰਫ ਉਹਨਾਂ ਲਈ ਕਹਿ ਰਹੇ ਨੇ ਕਿ ਜਿਹੜਾ ਇਨ ਫਿਊਚਰ ਦੇ ਵਿੱਚ ਬਿਜ਼ਨਸ ਹੋਣਾ, ਇਹਦੇ ਬਾਰੇ ਹਜੇ ਕੋਈ ਸਪਸ਼ਟੀਕਰਨ ਨਹੀਂ ਹੈਗਾ। ਮਗਰ ਦੇਖਣ 'ਚ ਆਇਆ ਕਿ ਲੋਕ ਆਪਣੇ ਟੀਵੀ ਜਾਂ ਹੋਰ ਪਲਾਸਟਿਕ ਦੀਆਂ ਬਾਲਟੀਆਂ ਅਤੇ ਇਹੋ ਜਿਹੀਆਂ ਚੀਜ਼ਾਂ ਬਾਹਰ ਸੜਕ 'ਤੇ ਲਿਆ ਕੇ ਸਾੜ ਰਹੇ ਨੇ, ਤੋੜ ਰਹੇ ਨੇ, ਪਤਾ ਨਹੀਂ ਇਹਦੇ ਨਾਲ। ਜੋ ਮੈਂ ਕਹਿਣਾ ਚਾਹ ਰਿਹਾ, ਜੋ ਮੇਰੀ ਸਮਝ 'ਚ ਪੈਂਦਾ ਕਿ ਇਹਦੇ ਨਾਲ ਕਰਨ ਨਾਲ ਕੁਛ ਹੋਣਾ ਨਹੀਂ ਹੈ। ਅਗਰ ਕੁਛ ਕਰਨਾ ਹੈ ਤਾਂ ਜਿਸ ਤਰੀਕੇ ਨਾਲ ਭਾਰਤੀ ਫੌਜੀ ਸ਼ਹੀਦ ਹੋਏ ਨੇ, ਫੌਜ ਦਾ ਕੰਮ ਫੌਜ ਨੂੰ ਹੀ ਕਰਨਾ ਚਾਹੀਦਾ, ਫੌਜ ਹੀ ਮੁਕਾਬਲਾ ਕਰੇਗੀ, ਫੌਜ ਹੀ ਉਸਦਾ ਜਵਾਬ ਦੇਗੀ, ਨਾ ਕਿ ਲੋਕ ਉਹ ਸਾਡੇ ਫੌਜੀ ਮਾਰ ਦੇਣ ਅਤੇ ਅਸੀਂ ਲੋਕ ਸਿਰਫ ਬਹਿਸ਼ਕਾਰ ਕਰਕੇ ਕਹੀਏ ਕਿ ਅਸੀਂ ਉਹਦਾ ਜਵਾਬ ਦੇ ਦਿੱਤਾ। ਮੇਰਾ ਕਹਿਣ ਤੋਂ ਭਾਵ ਇਹ। ਹਾਂਜੀ ਹਰਮੀਤ ਜੀ, ਜਿਵੇਂ ਇਹ ਕੋਈ ਗਲੀ ਮੁਹੱਲੇ ਦਾ ਝਗੜਾ ਨਹੀਂ ਹੈ ਕਿ ਆਪਾਂ ਜਾ ਕੇ ਉਹਨਾਂ ਨੂੰ ਜਵਾਬ ਦਈਏ ਅਤੇ ਜਾ ਕੇ ਲੜਨ ਚਲੇ ਜਾਈਏ। ਇਹ ਇੱਕ ਦੋ ਮੁਲਕਾਂ ਦੀ ਲੜਾਈ, ਜਿੱਥੇ ਲੜਾਈ ਹੁੰਦੀ ਹੈ ਉੱਥੇ ਪੋਲੀਟੀਕਲ ਸਟੰਟ ਬੜੇ ਹੁੰਦੇ ਨੇ ਅਤੇ ਉਹਨਾਂ ਨੂੰ ਬੜੀ ਸੋਚ ਸਮਝ ਕੇ ਚਾਲ ਚੱਲਣੀ ਪੈਂਦੀ ਹੈ ਜਾਂ ਗੱਲ ਕਰਨੀ ਪੈਂਦੀ ਹੈ। ਆਪਾਂ ਜਾ ਕੇ ਉਹਨਾਂ 'ਤੇ ਧਾਵਾ ਬੋਲ ਦਈਏ, ਇਹ ਇੱਕ ਬੜਾ ਨੋਰਮਲ, ਸਾਨੂੰ ਇੱਕ ਵਾਇਰਲ ਵੀਡੀਓ ਸਾਨੂੰ ਆਪਣੇ ਦੇਖਣ ਨੂੰ ਮਿਲਦੇ ਨੇ ਕਿ ਬੰਦੇ ਆਪਣਾ ਗੁੱਸਾ ਜ਼ਾਹਰ ਕਰਦੇ ਨੇ ਜਾਂ ਚੀਜ਼ਾਂ ਸਾੜਦੇ ਨੇ। ਇਸ ਨਾਲ ਕੁਛ ਜ਼ਿਆਦਾ ਖਾਸ ਫਰਕ ਨਹੀਂ ਪੈਂਦਾ ਕਿਉਂਕਿ ਸਰਕਾਰਾਂ ਨੇ ਆਪਣੇ ਕੰਮ ਕਰਨੇ ਹੁੰਦੇ ਨੇ, ਸਰਕਾਰਾਂ ਨੇ ਦੇਸ਼ ਨੂੰ ਦੇਖਣਾ ਹੁੰਦਾ ਹੈ, ਉੱਥੇ ਦੇ ਆਵਾਮ ਨੂੰ ਦੇਖਣਾ ਹੁੰਦਾ ਹੈ, ਅਤੇ ਇੰਟਰਨੈਸ਼ਨਲ ਲੈਵਲ 'ਤੇ ਵੀ ਹਰ ਗੱਲ ਦੇਖ ਕੇ ਹੀ ਚੱਲੀ ਜਾਂਦੀ ਹੈ ਅਤੇ ਉਹਦੇ ਅਨੁਸਾਰ ਹੀ ਕੰਮ ਕੀਤਾ ਜਾਂਦਾ ਹੈ। ਜੇ ਆਪਾਂ ਗੱਲ ਕਰੀਏ ਆਪਣੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ, ਸਿੰਘ ਜੀ ਦੀ, ਜਿਹੜੇ ਪਹਿਲੇ ਆਪਣੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਨੇ ਉਸ ਦੌਰਾਨ ਵੀ ਕਈ ਜੰਗਾਂ ਸਾਨੂੰ ਪਾਕਿਸਤਾਨ ਨਾਲ ਜਾਂ ਮੁਲਕਾਂ ਨਾਲ ਦੇਖਣ ਨੂੰ ਮਿਲੀਆਂ। ਉਸ ਤੋਂ ਪਹਿਲੇ ਰਾਜੀਵ ਗਾਂਧੀ ਦੇ ਸਮੇਂ ਵੀ ਸਾਨੂੰ ਸ਼੍ਰੀਲੰਕਾ ਨਾਲ ਜੰਗਾਂ ਦੇਖਣ ਨੂੰ ਮਿਲੀਆਂ ਅਤੇ ਲੜਾਈ ਝਗੜੇ ਹੁੰਦੇ ਦਿਖੇ ਨੇ। ਪਰ ਇਹ ਸਾਰੇ ਕੰਮ ਇੱਕ ਇੰਟਰਨੈਸ਼ਨਲ ਲੈਵਲ 'ਤੇ ਕੀਤੇ ਜਾਂਦੇ ਨੇ, ਇਹ ਕੋਈ ਘਰ ਦੀ ਲੜਾਈ ਨਹੀਂ ਹੁੰਦੀ ਅਤੇ ਸਾਰਿਆਂ ਨੂੰ ਸੋਚ ਸਮਝ ਕੇ ਇਹਦੇ ਲਈ ਕਿਸੇ ਨਤੀਜੇ 'ਤੇ ਪਹੁੰਚਣਾ ਪੈਂਦਾ। ਅੱਛਾ, ਪਾਕਿਸਤਾਨ ਦੇ ਵਿੱਚ ਦੋ ਇੰਡੀਅਨ ਹਾਈ ਕਮਿਸ਼ਨ ਦੇ ਆਪਣੇ ਕਰਮਚਾਰੀ ਜਿਹੜੇ ਹੈਗੇ ਨੇ ਉਹ ਲਾਪਤਾ ਸਨ ਪਿਛਲੇ ਕੁਝ ਦਿਨਾਂ ਤੋਂ, ਉਹਨਾਂ ਦਾ ਕੀ ਖਬਰ ਕੀ ਹੈ ਉਹ? ਹਾਂਜੀ, ਇਹ ਖਬਰ ਜ਼ਿਆਦਾ ਸਾਨੂੰ ਦੇਖਣ ਨੂੰ ਸੁਣਨ ਨੂੰ ਨਹੀਂ ਮਿਲੀ, ਪਰ ਇਹਦੇ ਲਈ ਦੱਸਿਆ ਜਾ ਰਿਹਾ ਕਿ ਦੋ ਕਰਮਚਾਰੀ ਜਿਹੜੇ ਆਪਣੇ ਇੰਡੀਅਨ ਹਾਈ ਕਮਿਸ਼ਨ ਦੇ ਦੱਸੇ ਜਾ ਰਹੇ ਨੇ। ਪਰ ਜਿਹੜੇ ਫੋਰਨ ਮੀਡੀਆ ਹੈ ਉਹ ਇਹਨਾਂ ਨੂੰ ਕਿਸੇ ਨਿਊਜ਼ ਪੇਪਰ ਦੇ ਕਰਮਚਾਰੀ ਦੱਸਦੇ ਨੇ। ਫਿਲਹਾਲ ਇਹ ਮਸਲਾ ਹੈਗਾ ਹੈ ਕਿਸੇ ਹਿੱਟ ਐਂਡ ਰਨ ਦਾ, ਜਿੱਥੋਂ ਇਹ ਕਿਸੇ ਨੂੰ ਹਿੱਟ ਕਰਦੇ ਨੇ ਅਤੇ ਬਾਅਦ ਵਿੱਚ ਪੁਲਿਸ ਦੁਆਰਾ ਪਕੜ ਲਿੱਤਾ ਜਾਂਦਾ ਹੈ। ਪਰ ਆਪਣੀ ਭਾਰਤੀ ਸਰਕਾਰ ਦੇ ਦਬਾਅ ਦੇ ਕਰਕੇ ਜਾਂ ਕਹੀਏ ਜੇ ਉਹਨਾਂ ਦੀ ਗੱਲਬਾਤ ਕਰਕੇ ਇਹਨਾਂ ਨੂੰ ਬਾਅਦ ਵਿੱਚ ਰਿਹਾਅ ਵੀ ਕਰ ਦਿੱਤਾ ਗਿਆ। ਇੱਕ ਹੋਰ ਜਿਹੜੀ ਖਬਰ ਹੈਗੀ ਹੈ ਨਦਰਨ ਟੈਰੇਟਰੀ ਤੋਂ, ਜਿੱਥੇ 31 ਸਾਲਾ ਵਿਅਕਤੀ ਨੂੰ 8 ਸਾਲਾ ਬੱਚੇ ਦੀ ਮੌਤ 'ਤੇ ਜ਼ਿੰਮੇਵਾਰ ਠਹਿਰਾਇਆ ਗਿਆ ਕਿਉਂਕਿ ਉਹਦੀ ਕਾਰਾਵੈਨ ਦੇ ਵਿੱਚ ਜਦੋਂ ਕਾਰਾਵੈਨ ਆਪਣੀ ਲੈ ਕੇ ਜਾ ਰਿਹਾ ਸੀ ਅਤੇ ਉਸਨੇ ਡੋਰ ਨਹੀਂ ਚੈੱਕ ਕੀਤਾ, ਡੋਰ ਖੁੱਲ੍ਹ ਗਿਆ ਜਿਸ ਕਰਕੇ ਬੱਚਾ ਬਾਹਰ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ। ਉਸ ਦਾ ਹੁਣ ਜ਼ਿੰਮੇਵਾਰ ਉਸ 31 ਸਾਲਾ ਵਿਅਕਤੀ ਨੂੰ ਠਹਿਰਾਇਆ ਗਿਆ। ਪੁਲਿਸ ਨੇ ਉਸਨੂੰ ਹਿਰਾਸਤ 'ਚ ਲੈ ਲਿਆ, ਮਗਰ ਪੁਲਿਸ ਨੇ ਨਾਲ ਇਹ ਵੀ ਦੱਸਿਆ ਕਿ ਉਸ ਕਾਰਾਵੈਨ ਦੇ ਵਿੱਚ ਤਕਰੀਬਨ 9 ਬੱਚੇ ਸਨ ਅਤੇ 5 ਬੱਚੇ ਸਨ ਜਿਹੜੇ ਜਿਨ੍ਹਾਂ ਨੂੰ ਬੈਲਟ ਨਹੀਂ ਸੀ ਅੰਦਰ ਲੱਗੀਆਂ। ਉੱਤਰ ਪ੍ਰਦੇਸ਼ ਦੇ ਵਿੱਚ ਆਪਣੇ ਜਿਹੜਾ ਸਿੱਖ ਭਾਈਚਾਰੇ ਦੇ ਤਕਰੀਬਨ 30,000 ਜਿਹੜੇ ਸਿੱਖ ਫੈਮਿਲੀ ਹੈਗੀਆਂ ਉਹਨਾਂ ਦੀਆਂ ਜ਼ਮੀਨਾਂ ਨੂੰ ਹੜੱਪਣ ਦੀ ਕਾਰਵਾਈ ਚੱਲਦੀ ਪਈ ਹੈ ਅਤੇ ਜਿਸ ਦੇ ਕਾਰਨ ਆਪਣੀ 2 ਦਿਨ ਪਹਿਲੇ ਉੱਥੋਂ ਦੇ ਜਿਹੜੇ ਸਿੱਖ ਭਾਈਚਾਰੇ ਦੇ ਮਨਿਸਟਰ ਵੀ ਹੈਗੇ ਨੇ ਬਲਦੇਵ ਸਿੰਘ ਜੀ, ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ, ਉਹ ਗੱਲਬਾਤ ਤੁਹਾਨੂੰ ਸੁਣਾਉਂਦੇ। ਹਾਂਜੀ ਬਲਦੇਵ ਸਿੰਘ ਜੀ, ਬਲਦੇਵ ਸਿੰਘ ਜੀ, ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ, ਮੈਂ ਹਰਮੀਤ ਬਮਰਾ ਆਸਟ੍ਰੇਲੀਆ ਤੋਂ ਆਪਣਾ ਫਰੈਂਡਸ ਚੈਨਲ ਤੋਂ, ਜਿਹੜਾ ਵਿਵਾਦ ਨਵਾਂ ਛਿੜਿਆ ਹੋਇਆ ਉੱਤਰਾਖੰਡ ਦੇ ਵਿੱਚ 30,000 ਸਿੱਖਾਂ ਦੀਆਂ ਜ਼ਮੀਨਾਂ ਜਿਹੜੀਆਂ ਹੁਣ ਮਾਰੀਆਂ ਜਾ ਰਹੀਆਂ, ਇਹਦੇ ਉੱਤੇ ਤੁਹਾਡਾ ਕੀ ਹੈਗਾ ਪ੍ਰਤੀਕਿਰਿਆ? ਮਤਲਬ ਤੁਹਾਡਾ ਕਹਿਣ ਤੋਂ ਭਾਵ ਵੀ ਇਹ ਜੰਗਲਾਤ ਵਿਭਾਗ ਦੀ ਜ਼ਮੀਨ ਹੈ, ਇਹ ਹੁਣ ਇਹਨਾਂ ਦੀਆਂ ਜ਼ਮੀਨਾਂ ਨਹੀਂ ਹੈ ਕਿਉਂਕਿ ਇਹ ਹਾਰ ਚੁੱਕੇ ਨੇ? ਹਾਂਜੀ, ਉਹਨਾਂ ਨੂੰ ਪੂਰੀ ਤਰ੍ਹਾਂ ਹੱਕ
ਮੁੜ ਕੇਸ ਵੀ ਕੀਤੇ ਕੋਰਟ ਚ ਵੀ ਗਏ ਕੋਰਟ ਚ ਵੀ ਕਈਆਂ ਨੂੰ ਰਿਲੀਫ ਨਹੀਂ ਮਿਲਿਆ ਤੇ ਇਸ ਕਰਕੇ ਉਹਨਾਂ ਦੇ ਬਾਰੇ ਮਾਨੇ ਮੁੱਖ ਮੰਤਰੀ ਜੀ ਨਾਲ ਗੱਲ ਹੋਈ ਵਿਚਾਰ ਕਰਨਗੇ ਕਿ ਕੀ ਕਰ ਸਕਦੇ ਉਹਨਾਂ ਵਾਸਤੇ ਅੱਛਾ ਉਹਨਾਂ ਨੂੰ ਗਾਂ ਤੰਗੀ ਨਾ ਉਹਨਾਂ ਨੂੰ ਤੰਗੀ ਨਾ ਹੋਵੇ क्योंकि ये किसी एक दो जा चार किसानों की गल नहीं हैगी ये तकरीब 10 लाख के करीब अपना सिख भाईचारा जिदिया ये सारिया जमीन वा ये बड़ा वड्डा एक मुद्दा लै चुका है बाकी मैं लखनऊ जा रही हूं मैं मुख्यमंत्री से फिर विस्तार में गल करूंगा तो ये उन्नी देर तक जिहड़ियां जमीना हैगियां इन्हें उत्ते हुण इस टाइम के उत्ते कब्जा किया है क्योंकि कई जगह के उत्ते उन्होंने कहा है कि कब्जा वह कर चुका जंगलात विभाग कुछ जमीन के उत्ते सिख भाईचारे वालों एक मंत्री उत्तर प्रदेश च होवे बड़िया आसा ते बड़िया उम्मीदां हैगियां सिख भाईचारे नूं तुहाडे तों चलो बहुत बहुत शुक्रिया तुहाडे इन्हां लफ्ज़ां दा ते इह तुहाडी जिहड़ी आवाज़ हैगी असीं उन्हां कोलों पहुंचाने आ ਤਾਂ ਜੋ ਉਹਨਾਂ ਨੂੰ ਭਰੋਸਾ ਹੋਵੇ ਕਿਉਂਕਿ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦੀ ਤੇ ਹੋ ਨਹੀਂ ਪਿਆ ਤੂਰੀਆ ਦੇ ਮੈਂਬਰ ਪਾਰਲੀਮੈਂਟ ਐਡਮ ਸਮੇਕ ਨੂੰ ਕੁਝ ਦਿਨ ਪਹਿਲੇ ਹੀ ਜਿਹੜੀ ਕਿ ਆਪਣਾ ਇੱਥੋਂ ਦਾ 60 ਮਿੰਟ ਪ੍ਰੋਗਰਾਮ ਦੇ ਰਾਹੀਂ ਇੱਕ ਸਟਿੰਗ ਓਪਰੇਸ਼ਨ ਹੀ ਕਹਿ ਲਓ ਵੀ ਉਹ ਕੀਤਾ ਗਿਆ ਉਹ 60 ਮਿੰਟ ਓਪਰੇਸ਼ਨ ਦੇ ਵਿੱਚ ਦਿਖਾਇਆ ਗਿਆ ਕਿ ਐਡਮ ਸਮੇਕ ਨੇ ਜਾਲੀ ਮੈਂਬਰ ਬਣਾਏ ਨੇ उस वीडियो के मुताबिक ही मैं तुम्हें दसदा वा हजे यदि पुष्टि नहीं हुई कि बिल्कुल सच्चाई है या नहीं हैगी मगर कारण की होया इस दे कारण एडम समेक जेडे कि मैंबर पार्लीमेंट ने विक्टोरिया के उन्होंने अगले ही दिन सवेरे अस्तीफा देना पाया जदों कि इतों के प्रीमियर डेनियल एंड्रियो का कहना कि उन्होंने सैक किया गया तो पहले तो यह विवाद बनिया रहा मगर उन्होंने अस्तीफे ज उन्होंने सैक होने तो बाद ही अगले दिन नाल ही दो होर विक्टोरिया के जिहड़े मिनिस्टर ने उन्होंने भी अपने अस्तीफे दे दिते हुण विक्टोरिया की जिहड़ी लेबर पार्टी है वह अपने आप दे विच ही एक कसूती दे विच फस गई है कि एक पासे जिहड़े प्रीमियर ने लेबर दे डेनियल एंड्रियो उन्होंने एडम समेक नूं सैक किया उन्होंने कह लो भी मगर आंदिया होया ਜਾਂ ਉਹਨਾਂ ਦਾ ਸਾਥ ਦਿੰਦੇ ਹੋਏ ਦੋ ਹੋਰ ਐਮ ਪੀ ਜਿਹੜੇ ਹੈਗੇ ਨੇ ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਅਤੇ ਇੱਕ ਤਰ੍ਹਾਂ ਤੇ ਇਹਨਾਂ ਦੀ ਸਰਕਾਰ ਆਪਣੇ ਆਪ ਜੀ ਅੰਦਰ ਦੀ ਲੜਾਈ ਹੀ ਲੜਦੀ ਪਈ ਹੈ ਇਸ ਟਾਈਮ ਦੇ ਉੱਤੇ ਲੇਬਰ ਪਾਰਟੀ ਦੇ ਅੰਦਰ ਜਿਹੜਾ ਕਿ ਲੇਬਰ ਪਾਰਟੀ ਦੇ ਲਈ ਕੋਈ ਬਹੁਤ ਚੰਗੀ ਗੱਲ ਨਹੀਂ ਹੈਗੀ ਹਾਂਜੀ ਇਹ ਨਿਊ ਸਾਊਥ ਵੇਲਸ ਵਿੱਚ ਵੀ ਅੱਜ ਇੱਕ ਬੜਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਜਿੱਥੇ ਜਦੋਂ ਜੂਲੀਆ ਫਿਨ ਨੇ ਰਿਜ਼ਾਈਨ ਕਰ ਦਿੱਤਾ ਅਤੇ ਇਸ ਖਬਰ ਨੂੰ ਬੜੀ ਤੇਜ਼ੀ ਨਾਲ ਮੀਡੀਆ ਨੇ ਕਵਰ ਕੀਤਾ ਹੈ ਤੇ ਸ਼ਬਦ ਕਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵਿਕਟੋਰੀਆ ਦੇ ਵਿੱਚ ਪਿਛਲੇ ਸਮੇਂ 4 ਪੁਲਿਸ ਕਰਮਚਾਰੀ ਜਿਹੜੇ ਕਿ ਇੱਕ ਸੜਕ ਹਾਦਸੇ ਦੇ ਸ਼ਿਕਾਰ ਹੋਏ ਸਨ ਉਹਦੇ ਸੰਦਰਭ ਦੇ ਵਿੱਚ ਇੱਥੋਂ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ 40 ਜ਼ੋਨ ਨੂੰ ਲੈ ਕੇ ਖਾਸ ਸਖਤੀ ਦਿਖਾਈ ਜਾ ਰਹੀ ਹੈ ਕਿ ਜਿੱਥੇ ਪੁਲਿਸ ਦੀਆਂ ਮਤਲਬ ਕਿ ਕੋਈ ਐਕਟੀਵਿਟੀ ਚੱਲ ਰਹੀ ਹੈ ਜਿੱਥੇ ਲਾਈਟਾਂ ਲੋਕਾਂ ਨੂੰ ਨਜ਼ਰ ਆ ਰਹੀਆਂ ਕਿ ਜਿਹੜੀਆਂ ਐਮਰਜੈਂਸੀ ਸਰਵਿਸਿਸ ਦੀਆਂ ਲਾਈਟਾਂ ਹੁੰਦੀਆਂ ਅਤੇ ਉੱਥੇ ਉਹਨਾਂ ਨੂੰ ਦੇਖਦਿਆਂ ਹੀ ਤੁਹਾਨੂੰ 40 ਦੇ ਜ਼ੋਨ 'ਤੇ ਲੰਘਣਾ ਜ਼ਰੂਰੀ ਹੈ ਅਤੇ ਇਹ ਨਿਊ ਸਾਊਥ ਵੇਲ ਦੇ ਵਿੱਚ ਵੀ ਮੇਰੇ ਖਿਆਲ ਨਾਲ ਇੱਦਾਂ ਦਾ ਕੁਛ ਚੱਲ ਰਿਹਾ ਹਾਂਜੀ ਇਹ ਆਪਣੇ ਮੇਰੇ ਖਿਆਲ ਪੂਰੇ ਆਸਟ੍ਰੇਲੀਆ ਵਿੱਚ ਜਿਹੜੇ ਸੂਬੇ ਨੇ ਆਪਣੇ ਅਨੁਸਾਰ ਆਪਣੇ ਤਰੀਕੇ ਨਾਲ ਇਹਨਾਂ ਨੂੰ ਲਾਗੂ ਕੀਤਾ ਹੈ ਅਤੇ ਜਿੱਥੇ ਪੁਲਿਸ ਦੀ ਕੋਈ ਗੱਡੀ ਖੜੀ ਹੈ ਜਾਂ ਐਮਰਜੈਂਸੀ ਲੈਣ ਦੀ ਵਿੱਚ ਕੋਈ ਕੰਮ ਚੱਲ ਰਿਹਾ ਹੈ ਉੱਥੇ 40 ਦੀ ਸਪੀਡ ਦੀ ਗੱਲ ਕੀਤੀ ਜਾਂਦੀ ਹੈ ਅਤੇ ਹਰ ਡਰਾਈਵਰ ਨੂੰ ਇਹ ਦੱਸਿਆ ਜਾਂਦਾ ਵੀ ਉਸ ਜਗ੍ਹਾ 'ਤੇ ਹੌਲੀ ਲੰਘਣ ਸੇਫਟੀ ਰੱਖਣ ਆਪਣੀ ਸੇਫਟੀ ਰੱਖਣ ਅਤੇ ਦੂਸਰੇ ਲੋਕਾਂ ਦੀ ਵੀ ਸੇਫਟੀ ਰੱਖਣ ਇਹਦਾ ਮੇਨ ਮਕਸਦ ਇਹੀ ਦੱਸਿਆ ਜਾ ਰਿਹਾ ਹੈ ਅਤੇ ਇਸੀ ਮੱਦੇਨਜ਼ਰ ਪੁਲਿਸ ਨੇ ਇੱਕ ਓਪਰੇਸ਼ਨ ਸਨੋ ਸੇਫ ਵੀ ਸ਼ੁਰੂ ਕਰਨ ਦਾ ਗੱਲ ਦੱਸੀ ਹੈ ਜਿਹੜੀ ਕਿ ਜਦੋਂ ਸਕਾਈ ਸੀਜ਼ਨ ਜਿਹੜਾ ਆਪਾਂ ਸ਼ੁਰੂ ਹੋਣਾ ਹੈ ਨਿਊ ਸਾਊਥ ਵੇਲਸ ਵਿਖੇ ਜਿਹੜਾ 22 ਜੂਨ ਤੋਂ ਪੁਲਿਸ ਇੱਥੇ ਇਹ ਓਪਰੇਸ਼ਨ ਸਨੋ ਸੇਫ ਸ਼ੁਰੂ ਕਰੇਗੀ ਜਿਹਦੇ ਵਿੱਚ ਪੁਲਿਸ ਜਿਹੜੇ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੇ ਬੰਦੇ ਉਹਦੇ ਰੂਲ ਰੈਗੂਲੇਸ਼ਨ ਫੋਲੋ ਨਹੀਂ ਕਰਦੇ ਉਹਨੂੰ ਦੇਖੇਗੀ
ਤੇ ਉੱਤੇ ਨਿਗਾਹ ਰੱਖੇਗੀ। ਇਸ ਤੋਂ ਇਲਾਵਾ ਜਿਹੜੇ ਲੋਕ ਰੋਡ ਸੇਫਟੀ ਨੂੰ ਨਹੀਂ ਫੋਲੋ ਕਰਦੇ ਆ ਉੱਤੇ ਪੁਲਿਸ ਨਿਗਾਹ ਰੱਖੇਗੀ। ਅਲਕੋਹਲ ਰਿਲੇਟਡ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ ਉਹਦਾ ਧਿਆਨ ਰੱਖਿਆ ਜਾਏਗਾ। ਅਤੇ ਐਂਟੀ ਸੋਸ਼ਲ ਬਿਹੇਵੀਅਰ 'ਤੇ ਖਾਸ ਕਰ ਪੁਲਿਸ ਬੜਾ ਨਿਗਰਾਨੀ ਰੱਖੇਗੀ ਇਸ ਓਪਰੇਸ਼ਨ ਸਨੋ ਸੇਫ ਵਿੱਚ, ਜਿਹੜੀ ਇੱਕ ਕਮਿਊਨਿਟੀ ਸੇਫਟੀ ਦਾ ਪ੍ਰੋਗਰਾਮ ਹੈ ਜਿੱਥੇ ਕਿ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਸੇਫ ਰੱਖਣ ਦੀ ਗੱਲ ਦੱਸੀ ਜਾਂਦੀ। ਚੀਜ਼ ਮੈਂ ਹੋਰ ਦੱਸਾਂ ਕਿ ਜਿਵੇਂ ਕਰੋਨਾ ਵਾਇਰਸ ਦੇ ਦੌਰਾਨ ਇੰਡੀਆ ਦੇ ਵਿੱਚ ਜਿਹੜੇ ਲੋਕ ਡਾਕਟਰੀ ਕਰਨਗੇ ਹੁਣ ਉਹਨਾਂ ਦੀਆਂ ਫੀਸਾਂ 50% ਵਧਾ ਦਿੱਤੀਆਂ ਗਈਆਂ, ਅਤੇ ਉਹਦੇ ਉਲਟ ਆਸਟ੍ਰੇਲੀਆ ਦੇ ਵਿੱਚ ਓਨੇਵਾਲ ਪ੍ਰਾਈਮ ਮਿਨਿਸਟਰ ਸਕੋਟ ਮੋਰਿਸਨ ਨੇ ਯੂਨੀਵਰਸਿਟੀਜ਼ ਦੀਆਂ ਜਿਹੜੀਆਂ ਫੀਸਾਂ ਹੈਗੀਆਂ ਉਹ ਘਟਾ ਦਿੱਤੀਆਂ। ਹਾਂਜੀ, ਇੱਥੇ ਸਾਡੇ ਪ੍ਰਧਾਨ ਮੰਤਰੀ ਨੇ ਕਈ ਅੱਛੇ ਜਿਹੜੇ ਕਦਮ ਚੱਕੇ ਸੀਗੇ। ਜੋਬ ਸੀਕਰ ਹੋ ਗਿਆ ਅਤੇ ਜਿਹੜੇ ਜੋਬ ਜਿਹਨਾਂ ਦੀ ਚਲੇ ਗਈ ਸੀਗੀ, ਪਰ ਦਿਨ ਬੇ ਦਿਨ ਜਿਵੇਂ ਜੋਬਾਂ ਲੋਕਾਂ ਦੀ ਹਜੇ ਵੀ ਜਾ ਰਹੀਆਂ ਅਤੇ ਹਜੇ ਤੱਕ ਵੀ ਉਹਨਾਂ ਦੀ ਮਦਦ ਕਰਨ ਦਾ ਪੂਰਾ ਭਰੋਸਾ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਜਿਵੇਂ ਅੱਜ ਉਹਨਾਂ ਨੇ ਕਿਹਾ ਵੀ ਆਪਾਂ ਫੀਸਾਂ ਵੀ ਘੱਟ ਕਰ ਦੇਣਗੇ, ਅਤੇ ਪਿੱਛੇ $25,000 ਦੇਣ ਦੀ ਗੱਲ ਕੀਤੀ ਸੀ ਜਿਹੜੇ ਬੰਦੇ ਆਪਣੇ ਘਰ ਰੈਨੋਵੇਟ ਕਰਦੇ ਨੇ ਜਾਂ ਨਵਾਂ ਘਰ ਬਣਾਉਂਦੇ ਨੇ। ਇੱਕ ਅੱਛੀ ਸੋਚ ਕਰਕੇ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਇੱਥੇ ਦਾ ਸਕੋਟ ਮੋਰਿਸਨ, ਉਸ ਲਾਈਨ 'ਤੇ ਜਾ ਰਿਹਾ ਅਤੇ ਲੋਕ ਵੀ ਇਹਦੇ ਨਾਲ ਨੇ ਅਤੇ ਬੜੀ ਇਹਦੀ ਸ਼ਲਾਘਾ ਕਰ ਰਹੇ ਨੇ ਇਸ ਕੰਮ ਦੀ, ਅਤੇ ਇਹ ਆਪਣੀ ਅਰਥ ਵਿਵਸਥਾ ਬਚਾਉਣ ਲਈ ਪੂਰੀ ਤਰ੍ਹਾਂ ਡਟੇ ਹੋਏ ਨੇ। ਇਸ ਤੋਂ ਇਲਾਵਾ ਐਨੂਅਲ ਵੇਜ ਰਿਵਿਊ ਜਿਹੜਾ ਕਿ ਫੇਅਰ ਵਰਕ ਕਮਿਸ਼ਨ ਨੇ ਇਹਦੀ ਰਿਪੋਰਟ ਹੈਂਡਓਵਰ ਕੀਤੀ ਹੈ, ਜਿਹਦੇ ਵਿੱਚ ਪੇ ਰਾਈਜ਼ ਕੀਤੀ ਜਾਏਗੀ, ਜਿਹੜੀ $13 ਵੀਕਲੀ ਪੇ ਰਾਈਜ਼ ਹੋਵੇਗੀ, ਜਿਹਦੇ ਵਿੱਚ ਪਹਿਲੇ ਪੜਾਅ ਵਿੱਚ ਜਿਹੜੀ ਪੇ ਰਾਈਜ਼ ਕੀਤੀ ਜਾਵੇਗੀ ਉਹ ਹਿਊਮਨ ਸਰਵਿਸਿਜ਼ ਅਤੇ ਫਰੰਟਲਾਈਨ ਵਰਕਰਾਂ ਦੀ ਹੋਵੇਗੀ, ਜਿਹੜੀ 1 ਜੁਲਾਈ 2020 ਤੋਂ ਲਾਗੂ ਹੋ ਜਾਵੇਗੀ। ਇਸ ਤੋਂ ਇਲਾਵਾ ਮੈਨੂਫੈਕਚਰਿੰਗ ਵਰਕਰ ਜਿਹੜੇ ਹੋਣਗੇ ਉਹਨਾਂ ਦੀ ਪੇ ਰਾਈਜ਼ 1 ਨਵੰਬਰ ਤੋਂ ਲਾਗੂ ਕਰਨ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਆਰਟਸ, ਰਿਟੇਲ, ਹੋਸਪਿਟੈਲਿਟੀ, ਟੂਰਿਜ਼ਮ, ਐਵੀਏਸ਼ਨ ਜਿਹੜੇ ਬੰਦੇ ਕਾਮਗਾਰ ਨੇ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ 1 ਫਰਵਰੀ 2021 ਦੀ ਤਰੀਕ ਮੁਕਰਰ ਕੀਤੀ ਗਈ ਹੈ ਇਹਨਾਂ ਦੀ ਪੇ ਰਾਈਜ਼ ਵਾਸਤੇ, ਜੋ ਇੱਕ ਅਸੀਂ ਇਹਨੂੰ ਇੱਕ ਅੱਛੀ ਖਬਰ ਲੈ ਕੇ ਚੱਲ ਸਕਦੇ ਹਾਂ। ਅਤੇ ਇਸ ਦੇ ਨਾਲ ਹੀ ਆਸਟ੍ਰੇਲੀਆ ਖਬਰਨਾਮਾ ਇੱਥੇ ਸਮਾਪਤ ਹੁੰਦਾ, ਅਤੇ ਤੁਹਾਡਾ ਆਪਣਾ ਆਪਣਿਆਂ ਲਈ ਆਪਣਾ ਫਰੈਂਡਸ ਚੈਨਲ ਦੇਖਦੇ ਰਹੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਕਿਉਂਕਿ ਤੁਹਾਡਾ ਸਬਸਕ੍ਰਿਪਸ਼ਨ ਦੇ ਨਾਲ ਹੀ ਤੁਹਾਡੇ ਲਾਈਕਸ ਦੇ ਨਾਲ ਹੀ ਸਾਨੂੰ ਹੌਸਲਾ ਮਿਲਦਾ, ਅਤੇ ਇਹ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਖਬਰਾਂ ਦੇ ਨਾਲ ਜੋੜ ਕੇ ਰੱਖੀਏ। ਸਤਿ ਸ਼੍ਰੀ ਅਕਾਲ।